सो ऐलान करी जांदा जिन्ने उन्हें ऐलान करते वो तो मैं लगता कई हज़ार करोड़ के हो गए, पैसा तो सरकार के खजाने च कोई है ही नहीं। जिहड़ा केजरीवाल ने किया ना वो गलत किया, आप 2000 उन्होंने देना गरीब लोगों को, जो साडे घर वाले कोई हज़ार दे तो गलत है ना काम, सानू की लोड़ हज़ार रुपये की, जो अमीर बंद हज़ार रुपये तक कौन लगेगा की करूँगा हज़ार रुपया। लोगों ने फराड करते, यूनीवर्सिटी गया पटियाले, मैं 150 करोड़ रुपया छोटा माफ करता, चिट्ठी हालत ही नहीं क्ढी, 10 करोड़ की ग्रांट मैं 20 करती, चिट्ठी हालत ही नहीं क्ढी। ਮਲੁਕਾ ਸਾਹਿਬ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਹੁਣੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਮਹਿਲਾਵਾਂ ਨੂੰ 2000 ਰੁਪਇਆ ਦਿੱਤਾ ਜਾਵੇਗਾ। ਪਹਿਲਾਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ, ਨਾ ਕਿ ਰੁਜ਼ਗਾਰ ਦੇ ਲਈ, ਕਿਉਂਕਿ ਔਰਤਾਂ ਇਸ ਵੇਲੇ ਰੁਜ਼ਗਾਰ ਭਾਲਦੀਆਂ ਨੇ, ਅਤੇ 2000 ਦੀ ਜਿਹੜੀ ਸਹਾਇਤਾ, ਵਿੱਤੀ ਸਹਾਇਤਾ, ਉਹਨੂੰ ਕਿਵੇਂ ਦੇਖਦੇ? ਜਿਹੜਾ ਕੇਜਰੀਵਾਲ ਨੇ ਕੀਤਾ ਨਾ ਉਹ ਗਲਤ ਕੀਤਾ, ਉਹਨੇ ਆਪਾਂ ਪਹਿਲਾਂ ਕੀਤਾ ਸੀ, ਆਪਾਂ ਕੀਤਾ ਕਿ ਨੀਲੇ ਕਾਰਡ ਜਿਹਨਾਂ ਦੇ ਬਣਿਆ ਔਰਤ ਮੁਖੀ ਹੈ ਟੱਬਰ ਦੀ, ਘਰੇ ਕੋਈ ਹੋਰ ਬੰਦਾ ਹੈ ਨੀਗਾ, ਲੀਲਾ ਕਾਰਡ ਬਣਿਆ ਔਰਤ ਦੇ ਨਾਂ 'ਤੇ, ਆਪਾਂ 2000 ਉਹਨਾਂ ਨੂੰ ਦੇਣਾ ਗਰੀਬ ਲੋਕਾਂ ਨੂੰ। ਇਹਨਾਂ ਨੇ ਕੀਤਾ ਸਾਰਾ, ਉਹ ਜਿਹੜੇ ਸਾਡੇ ਘਰ ਵਾਲਿਆਂ ਨੂੰ ਕੋਈ ਹਜ਼ਾਰ ਦੇਵੇ ਤਾਂ ਗਲਤ ਹੈ ਨਾ ਕੰਮ, ਸਾਨੂੰ ਕੀ ਲੋੜ 1000 ਰੁਪਏ ਦੀ, ਜਾਂ ਅਮੀਰ ਬੰਦਿਆਂ ਨੂੰ 1000 ਰੁਪਏ ਤੱਕ ਕੌਣ ਲਊਗਾ, ਕੀ ਕਰੂਗਾ 1000 ਰੁਪਇਆ। ਸੋ ਗਰੀਬ ਵਾਸਤੇ ਕੀਤਾ ਅਕਾਲੀ ਦਲ ਨੇ, ਲੀਲੇ ਕਾਰਡ ਧਾਰਕ ਹੈ ਜਿਹੜੇ ਔਰਤ ਮੁਖੀ ਹੈ ਟੱਬਰ ਦੀ, ਉਹਨਾਂ ਵਾਸਤੇ ਆਪਾਂ ਕੀਤਾ, ਉਹ ਅਸੀਂ ਦੇਵਾਂਗੇ ਲਾਜ਼ਮੀ ਦੇਵਾਂਗੇ। ਜਿਵੇਂ ਅੱਜ ਇੱਕ ਸਥਾਪਨਾ ਦਿਵਸ ਮਨਾਇਆ ਜਾ ਰਿਹਾ, ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ, ਇਸ ਦੇ ਨਾਲ ਨਾਲ ਇਹ ਵੀ ਲੋਕ ਸਵਾਲ ਉੱਠਦੇ ਕਿ ਮਾਇਆਵਤੀ ਕਿਉਂ ਨਹੀਂ ਆਈ, ਕਿ ਸ਼ਾਇਦ ਨਹੀਂ, ਮਾਇਆਵਤੀ ਨਾਲ ਸਾਡਾ ਟਾਈ ਅਪ ਹੋ ਗਿਆ ਸੀਗਾ, ਬੀਬੀ ਬੰਗਾਲ ਵਾਲੀ ਵੀ ਜਿਹੜੀ ਹੈਗੀ ਆ, ਮਮਤਾ ਬੈਨਰਜੀ ਨਾਲ ਵੀ ਹੋ ਗਿਆ ਸੀਗਾ, ਅੱਜ ਹੀ ਕੋਈ ਉਹਨਾਂ ਦੇ ਜ਼ਰੂਰੀ ਰਜੇਵੇਂ ਸੀਗੇ ਜਿਹਦੇ ਕਰਕੇ ਮਾਇਆਵਤੀ ਜੀ ਨੇ ਮਾਫ਼ੀ ਮੰਗ ਲਈ, ਆਪਦੇ 2 ਬੰਦੇ ਉਹਨਾਂ ਨੇ ਭੇਜੇ ਹੈਗੇ, ਮਿਸ਼ਰਾ ਜੀ ਭੇਜੇ ਆ, ਇੱਕ ਜਿਹੜੇ ਵਹਿਣੀਵਾਲ ਜੀ ਇੰਚਾਰਜ ਆ ਉਹ ਭੇਜੇ ਆ। ਸੋ ਅੱਜ ਦਾ ਜਿਹੜਾ ਇਕੱਠ ਆ ਉਹ ਬੜਾ ਇਤਿਹਾਸਿਕ ਇਕੱਠ ਹੈ, ਸਾਡੀ ਆਸ ਤੋਂ ਵੀ ਜ਼ਿਆਦਾ ਲੋਕ ਵੱਡੀ ਗਿਣਤੀ 'ਚ ਆਏ ਨੇ, ਜਿੰਨੇ ਪੰਡਾਲ 'ਚ ਆਏ ਇਹਦੂ ਦੁੱਗਣੇ ਬਾਹਰ ਫਿਰਦੇ ਆ। ਅੱਜ ਦੇ ਇਕੱਠ ਨੇ ਜਿਹੜੀ ਆਉਣ ਵਾਲੀ 2022 ਦੀ ਇਲੈਕਸ਼ਨ ਹੈ ਉਹਦੇ 'ਚ ਸਮਝ ਲਓ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਦਾ ਅੱਜ ਦੀ ਇਹਨੇ ਮੁੱਢ ਬੰਨਤਾ, ਕੱਲ੍ਹ ਨੂੰ ਪੰਜਾਬ ਦੀ ਜਿਹੜੀ ਹਵਾ ਤੁਸੀਂ ਵੇਖੋਗੇ ਹੋਰ ਹੋਏਗੀ। ਜਿਵੇਂ ਹੁਣ ਸੂਬੇ ਦੀ ਸਰਕਾਰ ਹੈਗੀ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਦੀ, ਉਹਨਾਂ ਦੇ ਜਿਹੜੇ ਫੈਸਲੇ ਨੇ, ਐਲਾਨ ਜੀਤ ਲੋਕ ਕਹਿ ਰਹੇ ਨੇ, ਮਜੀਠੀਆ ਸਾਹਿਬ ਨੇ ਵੀ ਕਹਿ ਦਿੱਤਾ ਕਿ ਐਲਾਨ ਜੀਤ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਵਿਸ਼ਵਾਸ ਜੀਤਾਂ 'ਤੇ ਆਪਣਾ ਜਿਹੜਾ ਹੈ ਕਾਰਡ ਕੱਢ ਕੇ ਅੱਗੇ ਰੱਖ ਦਿੱਤਾ ਕਿ ਮੈਂ ਆਹ ਕੰਮ ਕੀਤੇ ਨੇ 70 ਦਿਨਾਂ ਦੇ ਵਿੱਚ। ਨਹੀਂ ਬੀਬਾ, ਉਹਨੇ ਕਿਹਾ ਮੈਂ ਬਿਜਲੀ ਦਾ ਬਿੱਲ ਮਾਫ਼ ਕਰਤਾ, ਬਿਜਲੀ ਦੇ ਬਿੱਲ ਉਹੀ ਆ ਗਏ, ਜਦੋਂ ਰੌਲਾ ਪਿਆ ਹੁਣ ਨੋਟੀਫਿਕੇਸ਼ਨ ਕੀਤਾ, ਗਾਂਹ ਵਾਲੇ ਮਹੀਨੇ ਪਤਾ ਲੱਗੂਗਾ ਆਇਆ ਕਿ ਨਹੀਂ। ਫਿਰ ਉਹਨਾਂ 'ਤੇ ਲਿਖਤਾ ਕਿ 31 ਮਾਰਚ 21 ਮਾਫ਼ ਹੈ, ਇਹ ਕਿਉਂ ਲਿਖਦੇ ਆ? ਅਸੀਂ ਮੋਟਰਾਂ ਦੇ ਬਿੱਲ ਮਾਫ਼ ਕੀਤੇ ਸਦਾ ਲਈ ਕਰਤੇ, ਇਹਨੇ ਕੀਤਾ 31 ਮਾਰਚ ਤਾਈਂ। ਸੋ ਇਹ ਲੋਕਾਂ ਨਾਲ ਫਰਾਡ ਕਰਦੇ ਆ। ਯੂਨੀਵਰਸਿਟੀ ਗਿਆ ਪਟਿਆਲੇ, ਮੈਂ 150 ਕਰੋੜ ਰੁਪਇਆ ਤੁਹਾਡਾ ਮਾਫ਼ ਕਰਤਾ, ਚਿੱਠੀ ਹਾਲਤ ਹੀ ਨਹੀਂ ਕੱਢੀ, 10 ਕਰੋੜ ਦੀ ਗ੍ਰਾਂਟ ਮੈਂ 20 ਕਰਤੀ, ਚਿੱਠੀ ਹਾਲਤ ਹੀ ਨਹੀਂ ਕੱਢੀ। ਸੋ ਐਲਾਨ ਕਰੀ ਜਾਂਦਾ ਜਿੰਨੇ ਉਹਨੇ ਐਲਾਨ ਕਰਤੇ, ਉਹ ਤਾਂ ਮੈਨੂੰ ਲੱਗਦਾ ਕਈ 1000 ਕਰੋੜ ਦੇ ਹੋ ਗਏ, ਪੈਸਾ ਤਾਂ ਸਰਕਾਰ ਦੇ ਖਜ਼ਾਨੇ 'ਚ ਕੋਈ ਹੈ ਹੀ ਨਹੀਂ। ਸੋ ਝੂਠ ਬੋਲ ਕੇ ਲੋਕਾਂ ਨੂੰ, ਜਿਵੇਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਪਾ ਕੇ ਵੋਟਾਂ ਲਈਆਂ, ਇਹ ਵੀ ਐਵੇਂ ਲੈਣਾ ਚਾਹੁੰਦਾ, ਪਰ ਕਾਠ ਦੀ ਜਿਹੜੀ ਹਾਂਡੀ ਹੈ ਇੱਕ ਵਾਰੀ ਚੜ੍ਹਦੀ ਹੈ, ਉਹ ਵਾਰ ਵਾਰ ਨਹੀਂ ਚੜ੍ਹਦੀ। ਹੁਣ ਕਾਂਗਰਸ ਭਾਵੇਂ ਕੁਛ ਕਹੀ ਜਾਵੇ, ਲੋਕ ਇਤਬਾਰ ਨਹੀਂ ਕਰਦੇ। ਮਲੁਕਾ ਸਾਹਿਬ, ਹੁਣ ਜਿਵੇਂ ਕਿ ਕਿਸਾਨਾਂ ਦੀ ਜਿੱਤ ਹੋਈ ਹੈ, ਫਤਿਹ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਕਿਸਾਨ ਨੇ ਜਿਹੜੀ ਪਾਰਟੀ ਦੇ ਵਿੱਚ ਆਪਣਾ ਰੁਝੇਵਾਂ ਦਿਖਾਉਣਗੇ, ਉਸ ਪਾਰਟੀ ਦੀ ਜਿੱਤ ਹੋ ਸਕਦੀ ਹੈ। ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਕੋਈ ਗੱਲਬਾਤ ਕਰਨ ਦੀ ਜਥੇਜਥ ਕਰੇਗੀ? ਨਹੀਂ, ਕਿਸਾਨਾਂ ਨਾਲ ਹਮੇਸ਼ਾ ਹੀ ਸਾਡਾ ਤਾਲਮੇਲ ਰਿਹਾ, ਅਸੀਂ ਜਿੰਨੇ ਫਾਇਦੇ ਕੀਤੇ ਕਿਸਾਨਾਂ ਦੇ ਸਾਰੇ ਸ਼ੁਰੂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ, ਕਿਸਾਨਾਂ ਨਾਲ ਸਾਡਾ ਪੂਰਾ ਟਾਈ ਅਪ ਹੈ। ਮਦਦ ਜਿੰਨੀ ਮੋਰਚੇ ਦੇ ਵਿੱਚ ਅਕਾਲੀ ਦਲ ਨੇ ਕੀਤੀ ਹੈ, ਪੂਰਾ ਜ਼ੋਰ ਲਾ ਕੇ ਕੀਤੀ ਹੈ, ਉਹ ਵਧਾਈ ਦੇ ਪਾਤਰ ਨੇ। ਬੜੀ ਤਕੜੀ ਲੜਾਈ ਲੜੀ ਹੈ, ਬਹੁਤ ਔਖੀ ਲੜਾਈ ਸੀਗੀ ਜਿਹੜੀ ਲੜੀ ਇੱਕ ਸਾਲ ਉਹਨਾਂ ਨੇ ਲੜ ਕੇ, ਅਤੇ ਇੰਨੀ ਤਕੜੀ ਸਰਕਾਰ ਤੋਂ ਜਿੱਤ ਪ੍ਰਾਪਤ ਕਰਕੇ ਉਹਨਾਂ ਕੋਈ ਛੋਟੀ ਗੱਲ ਨਹੀਂ ਸੀ। ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਕਿ ਬਹੁਤ ਵੱਡੀ ਜਿੱਤ ਹੈ, ਅਗਲਾ ਵੀ ਜਿਹੜੇ ਸਾਡੇ ਪ੍ਰੋਗਰਾਮ ਹੋਣਗੇ ਉਹ ਤਾਲਮੇਲ ਦੇ ਨਾਲ ਹੀ ਹੋਣਗੇ ਸਾਰੇ। ਬੀਜੇਪੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਐਂਟਰੀ ਮਿਲ ਜੇ, ਕਿ ਲੋਕ ਦੁਬਾਰਾ ਮੁੜ ਕੇ ਬੀਜੇਪੀ ਦੇ ਉੱਤੇ ਵਿਸ਼ਵਾਸ ਜਿਤਾਉਣਗੇ? ਨਹੀਂ, ਐਰਕੀ ਦੀ ਜਿਹੜੀ, ਦੇਖੋ ਮੇਰੀ ਜਿਹੜੀ ਸਮਝ ਦੇ ਮੁਤਾਬਕ ਹੈ, ਜਾਂ ਲੋਕਾਂ ਦੀ ਹਵਾ ਤੋਂ ਪਤਾ ਲੱਗਦਾ, ਐਰਕੀ ਤਾਂ ਬੀਜੇਪੀ ਨੂੰ ਕੋਈ ਐਂਟਰੀ ਉਂਟਰੀ ਵਾਲੀ ਗੱਲ ਕੋਈ ਪੰਜਾਬ ਦੇ ਵਿੱਚ ਹੈ ਨਹੀਂ। ਹੋ ਸਕਦਾ 5-4 ਸੀਟਾਂ ਆ ਜਾਣ, ਕਿਤੇ ਨਾ ਕਿਤੇ 5-7 ਆ ਸਕਦੀਆਂ ਨੇ ਸਾਰੇ ਇਹਨਾਂ ਦੇ ਗਰੁੱਪ, ਜਿਹਨੂੰ ਵੱਧ ਤੋਂ ਵੱਧ ਜੇ ਜ਼ੋਰ ਲਾ ਕੇ ਆਇਆ ਤਾਂ 10 ਸੀਟਾਂ ਤੋਂ ਅੱਗੇ ਨਹੀਂ ਜਾਣਗੇ, ਇਹ ਇਹਦੂ ਥੱਲੇ ਹੀ ਰਹਿਣਗੇ। ਅੱਗੇ
बीजेपी भी साड़ी निगाह दे विच अगली तैयारी करती है, ऐतकी तो उन्होंने पता भी कुछ नहीं बनना। बहुत बहुत शुक्रिया गलबात करन दे लई। की तुसी परेशान हो, 100% गारंटी नाल पाओ हर परेशानी दा हल। गुरु अजमेरी बाबा, संपर्क करो 9871-70721। खोया प्यार वापस पाओ 24 घंटे। परेशानी जिमें लव मैरिज, प्यार च धोखा, सौतन दुश्मन तो छुटकारा, तलाक केस, जमीनी झगड़ा, विदेश यात्रा, इमीग्रेशन मसले, औलाद सुख, बीमारी च दवा ना लगना, कीता किराया दा जड़ तो खात्मा, गुप्त वशीकरण कराओ, मन चाह प्यार पाओ, लॉटरी नंबर पाओ भावे 649 हो लोटो मैक्स। प्यार च धोखा खा चुके प्रेमी प्रेमिका एक बार जरूर संपर्क करन, मैं तुहाडा प्यार टुटन नहीं देवांगा, इट्स माई प्रोमिस। संपर्क करो 9871-70721। खुदा दे कर देर है पर हनेर नहीं, की तुसी परेशान हो, आज ही संपर्क करो गुरु बशीर खान, कॉल करो 9814-60154। पता लुधियाना। हर परेशानी दा हाल पाओ 100% गारंटी दे नाल। परेशानी जिवें व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना, लॉटरी नंबर पाओ भावे 649 हो या मेगा मिलियन। हर जगह तो निराश ते धोखा खा चुके दुखी भैन भरा एक बार जरूर संपर्क करो, मैं तुहानू खून दे हंजू नहीं रोण दियांगा, इट्स माई प्रोमिस। गुरु बशीर खान 9814-60154।